पंजाब सरकार ने एक हुण वड्डा फैसला लिया कि जिहड़े लोग पंजाब दे बाहरों आउंदे ने उहनां दे लई 14 दिन दे क्वारंटीन की शर्त खत्म कर दी गई। हुण जिहड़े सीमित समय लई जिहड़े सिर्फ 72 घंटे तक पंजाब विच रुकना चाहुंदे ने उहनां नूं हुण 14 दिन दे होम क्वारंटीन विच रहण दी कोई लोड़ नहीं। ਇਹ ਨਵਾਂ ਫੈਸਲਾ ਲਿਆ ਗਿਆ 72 ਘੰਟੇ ਤੋਂ ਵੱਧ ਠਹਿਰਨ ਵਾਲੇ ਵਿਅਕਤੀਆਂ ਲਈ 14 ਦਿਨ ਦਾ ਇਕਾਂਤਵਾਸ ਪਹਿਲਾਂ ਵਾਂਗ ਹੀ ਰਹੇਗਾ, ਪਰ ਜਿਹੜੇ 72 ਘੰਟੇ ਤੋਂ ਘੱਟ ਲਈ ਆਉਂਦੇ ਨੇ, ਕਈ ਕਾਰੋਬਾਰੀ ਮੀਟਿੰਗ ਦੇ ਲਈ ਪੰਜਾਬ ਜਾਂਦੇ ਨੇ, ਲੁਧਿਆਣਾ ਮੋਹਾਲੀ ਕਰਕੇ ਖਾਸ ਜਿਹੜੇ ਵੱਡੇ ਸ਼ਹਿਰ ਨੇ ਉਹਨਾਂ ਦੇ ਵਿੱਚ ਦਿੱਲੀ ਤੋਂ ਜਾਂ ਹੋਰ ਸ਼ਹਿਰਾਂ ਤੋਂ ਉਹਨਾਂ ਨੂੰ ਕੁਆਰੰਟਾਈਨ ਦੀ ਲੋੜ ਨਹੀਂ, ਉਹ ਆਪਣੀ ਮੀਟਿੰਗ ਕਰਕੇ ਵਾਪਸ ਜਾ ਸਕਦੇ ਨੇ, ਆਪਣੇ ਕਾਰੋਬਾਰ ਕਰਕੇ ਆਪਣੇ ਕੰਮ ਕਰਕੇ ਵਾਪਸ ਜਾ ਸਕਦੇ ਨੇ। ਕਈ ਵਿਦਿਆਰਥੀ ਵੀ ਨੇ ਜੋ ਆਪਣੇ ਰੋਜ਼ਮਰ੍ਹਾ ਦੇ ਕੰਮ ਦੇ ਲਈ ਪੰਜਾਬ ਪਹੁੰਚਦੇ ਨੇ ਤਾਂ ਉਹ ਵੀ ਪੰਜਾਬ ਵਿੱਚ ਆ ਕੇ ਵਾਪਸ ਜਾ ਸਕਦੇ ਨੇ 72 ਘੰਟਿਆਂ ਦੇ ਅੰਦਰ ਅੰਦਰ। ਹਾਲਾਂਕਿ ਇਹ ਜਾਣਕਾਰੀ ਪੂਰੀ ਸਾਂਝੀ ਕਰਨੀ ਪਏਗੀ ਕਿ ਤੁਸੀਂ ਕਿੱਥੋਂ ਆਏ ਹੋ, ਕਿੱਥੇ ਜਾ ਕੇ ਰਹੋਗੇ, ਮੋਬਾਈਲ ਨੰਬਰ ਵਗੈਰਾ, ਉਹ ਸਾਰੀ ਜਾਣਕਾਰੀ ਸਾਂਝੀ ਕਰਨਾ ਲਾਜ਼ਮੀ ਹੋਏਗਾ। ਪਰ 14 ਦਿਨ ਦਾ ਕੁਆਰੰਟੀਨ, ਜੋ ਕਿ ਪਹਿਲਾਂ ਸ਼ਰਤ ਸੀ ਕਿ ਜੋ ਵੀ ਪੰਜਾਬ ਦੇ ਅੰਦਰ ਦਾਖਲ ਹੋਏਗਾ 14 ਦਿਨ ਦੇ ਇਕਾਂਤ ਵਾਸਤੇ ਰਹਿਣਾ ਉਹਦਾ ਜ਼ਰੂਰੀ ਹੈ, ਉਹ ਸ਼ਰਤ ਹੁਣ ਖਤਮ ਕਰ ਦਿੱਤੀ ਗਈ ਹੈ, ਖਾਸ ਕਰ ਉਹਨਾਂ ਦੇ ਲਈ ਜਿਹੜੇ ਸਿਰਫ 72 ਘੰਟੇ ਲਈ ਆ ਰਹੇ ਨੇ, 72 ਘੰਟੇ ਤੋਂ ਵੱਧ ਲਈ ਜਿਹੜੇ ਆ ਰਹੇ ਨੇ ਉਹਨਾਂ ਦੇ ਲਈ 14 ਦਿਨ ਦਾ ਇਹ ਇਕਾਂਤਵਾਸ ਜ਼ਰੂਰੀ ਹੋਏਗਾ। ਕੀ ਕੁਝ ਨੇਮ ਬਦਲੇ ਗਏ ਨੇ, ਆਓ ਤੁਹਾਨੂੰ ਗ੍ਰਾਫਿਕਸ ਦੇ ਜ਼ਰੀਏ ਸਮਝਾਉਂਦੇ ਹਾਂ ਕੀ ਕੁਝ ਕਿਹਾ ਗਿਆ। ਕਿਹਾ ਇਹ ਗਿਆ ਕਿ 72 ਘੰਟੇ ਲਈ ਆਉਣ ਵਾਲੇ ਲੋਕਾਂ ਦੇ ਲਈ 14 ਦਿਨ ਦੇ ਇਕਾਂਤਵਾਸ ਦੀ ਜਿਹੜੀ ਛੋਟ ਹੈ ਉਹ ਜਾਰੀ ਕਰ ਦਿੱਤੀ ਗਈ ਹੈ। ਜਿਹੜੇ ਬਾਹਰਲੇ ਸੂਬਿਆਂ ਤੋਂ, ਬਾਹਰਲੇ ਦੇਸ਼ ਤੋਂ ਕਿਤੋਂ ਵੀ ਆਉਂਦੇ ਨੇ ਪੰਜਾਬ ਦੇ ਬਾਹਰੋਂ, 72 ਘੰਟੇ ਤੋਂ ਵੱਧ ਰੁਕਣ ਵਾਲਿਆਂ ਲਈ ਹਾਲੇ ਵੀ 14 ਦਿਨ ਦਾ ਇਕਾਂਤਵਾਸ ਜ਼ਰੂਰੀ ਹੋਏਗਾ। ਵਿਦਿਆਰਥੀਆਂ ਅਤੇ ਕਾਰੋਬਾਰੀਆਂ ਦੀ ਵਿਸ਼ੇਸ਼ ਸਹੂਲਤ ਦੇ ਲਈ ਇਹ ਫੈਸਲਾ ਸਰਕਾਰ ਨੇ ਕੀਤਾ। ਐਂਟਰੀ ਤੋਂ ਪਹਿਲਾਂ ਚੈੱਕ ਪੋਸਟ 'ਤੇ ਤੁਹਾਨੂੰ ਸਾਰੀ ਜਾਣਕਾਰੀ ਦੇਣੀ ਹੋਏਗੀ ਕਿ ਤੁਸੀਂ ਕਿੱਥੇ ਜਾ ਰਹੇ ਹੋ, ਕਿਸ ਕੰਮ ਲਈ ਆਏ ਹੋ। ਸੂਬੇ ਵਿੱਚ ਰਹਿੰਦੇ ਹੋਏ ਕੋਵਾ ਐਪ, ਜਿਹੜੀ ਪੰਜਾਬ ਦੀ, ਪੰਜਾਬ ਸਰਕਾਰ ਦੀ ਐਪ ਹੈ, ਕੋਵਾ ਐਪ ਨੂੰ ਐਕਟਿਵ ਰੱਖਣਾ ਹੋਏਗਾ। ਕੰਟੇਨਮੈਂਟ ਜ਼ੋਨ ਤੋਂ ਆਉਣ ਬਾਰੇ ਜਾਣਕਾਰੀ ਦੇਣੀ ਹੋਏਗੀ ਕਿ ਅਗਰ ਤੁਸੀਂ ਕੰਟੇਨਮੈਂਟ ਜ਼ੋਨ ਤੋਂ ਆਏ ਹੋ ਤਾਂ ਕਿੱਥੋਂ ਆਏ ਹੋ, ਉਸ ਬਾਰੇ ਜਾਣਕਾਰੀ ਦੇਣੀ ਹੋਏਗੀ। ਨਾਲ ਹੀ ਅਗਰ ਤੁਹਾਡੇ ਵਿੱਚ ਇੱਥੇ ਰਹਿਣ ਦੇ ਦੌਰਾਨ 72 ਘੰਟੇ ਦੇ ਦੌਰਾਨ ਕੋਈ ਲੱਛਣ ਪਾਇਆ ਜਾਂਦਾ ਤਾਂ 104 ਨੰਬਰ 'ਤੇ ਸੂਚਿਤ ਕਰਨਾ ਲਾਜ਼ਮੀ ਹੋਏਗਾ। ਮਾਸਕ ਨਾ ਪਾਉਣ ਵਾਲਿਆਂ 'ਤੇ ਕਾਰਵਾਈ, ਜਿਵੇਂ ਕਿ ਪਹਿਲਾਂ ਸਰਕਾਰ ਚਲਾਨ ਕੱਟ ਰਹੀ ਹੈ ਉਵੇਂ ਹੀ ਕਾਰਵਾਈ ਕੀਤੀ ਜਾਏਗੀ। जो तो इंटरनेशनल पैसेंजर्स हैं उनके लिए 14 दिन तक क्वारंटाइन रहना है, उनको उसमें 14 दिन में 7 दिन तक उनको रहना है गवर्नमेंट के सेंटर्स में क्वारंटाइन या होटल्स में रह सकते हैं, और जो अपने हैं 7 दिन जो हैं वो उनको रहना है अपने घर पे क्वारंटाइन होकर रहना है। तो ये 14 दिन तक इंटरनेशनल पैसेंजर्स के लिए है। जो डोमेस्टिक पैसेंजर्स हैं उनको भी अगर तो उन्होंने 72 घंटे के अंदर वापस चले जाना है तो कोई बात नहीं है, अगर उन्होंने ज़्यादा समय तक यहाँ रहना है, और जो दूसरे स्टेट से आ रहे हैं उनको 14 दिन तक अपने घरों में क्वारंटाइन रहना होगा। मैरिजेस वगैरह में पहले 50 लोग अलाउड थे, अब क्योंकि क्राउडिंग है, क्राउडिंग को कंट्रोल करने के लिए गवर्नमेंट की तरफ से नई इंस्ट्रक्शंस आई हैं कि उसमें मैरिजेस में 30 लोग ही केवल अलाउड होंगे, और 30 लोगों से ज़्यादा अगर कोई मैरिज में होते हैं तो उसके खिलाफ कानूनी कार्रवाई की जाएगी।